ਅੱਜ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਨ ਲੱਗੇ ਆਂ ਅੱਜ ਆਪਾਂ ਕਲੀਨਿੰਗ ਦੇ ਸ਼ੇਅਰ ਕਰਨ ਲੱਗੇ ਆ ਹਨਾ ਅੱਜ ਆਪਾਂ ਕੁਛ ਕੁਕਿੰਗ ਨਹੀਂ ਕਰਨਾ ਅੱਜ ਆਪਾਂ ਜਿਹੜੀਆਂ ਚਾਹ ਪੋਣੀਆਂ ਆਪਣੀਆਂ ਚਾਹ ਬਣਾ ਬਣਾ ਕੇ ਹਨਾ ਹੋਈਆਂ ਕਾਲੀਆਂ ਇਹਨਾਂ ਨੂੰ ਅੱਜ ਆਪਾਂ ਤੁਹਾਨੂੰ ਦੱਸਣਾ ਹੈ ਵੀ ਕਿੱਦਾਂ ਕਲੀਨ ਕਰਨਾ ਹਨਾ ਅਧਿਕ ਕਿਦਾਂ ਹੋਈਆਂ ਨਾ ਇਹ ਫਿਰ ਹੁਣ ਮੈਨੂੰ ਜਾਦੇ ਕਰਨੀਆਂ ਪਈਆਂ ਕਰਕੇ ਇਹ ਸਾਫ ਕਰਨੀਆਂ ਸੀ ਉਦਾਂ ਛੇਤੀ ਕਰ ਲੇਦੀਆਂ ਮੈਂ ਕਿਹਾ ਫਿਰ ਜੇ ਥੋੜੀਆਂ ਹੋਈਆਂ ਹੋਈਆਂ ਫਿਰ ਲੱਗਣੀਆਂ ਨੇ ਅਗਲੇ ਕਹਿੰਦੇ ਤਾਂ ਪਹਿਲਾਂ ਹੀ ਸਾਫ ਸੀਗੀਆਂ ਹਨ ਇਸ ਕਰਕੇ ਇਹਨਾਂ ਨੂੰ ਆਪਾਂ ਕਲੀਨ ਕਰਾਂਗੇ ਦੋ ਚਾਪ ਪੋੜੀਆਂ ਆ ਦੋਨੇ ਕਿੰਨੀਆਂ ਡਾਈਟੀ ਹੋਈਆਂ ਨਾ ਇਹਨਾਂ ਨੂੰ ਆਪਾਂ ਕਲੀਨ ਕਰਾਂਗੇ ਉਹਦੇ ਲਈ ਸਮਾਨ ਲਿਆ ਆ ਮੈਂ ਹਨ ਜਿਹੜਾ ਆਪਾਂ ਘਰੇ ਵਾਸ਼ਿੰਗ ਪਾਊਡਰ ਵਰਤਦੇ ਕੋਈ ਵੀ ਸਰਫ ਲੈ ਲਓ ਕੋਈ ਵੀ ਹਨਾ ਜਿਹੜੀ ਆਪਾਂ ਵਰਤਦੇ ਕੱਪੜੇ ਧੋਣ ਨੂੰ ਉਹ ਲਈ ਆ ਆਪਾਂ ਇਹਨੂੰ ਆਪਾਂ ਇਹਦੇ ਸਟੀਲ ਦੇ ਕਿਸੇ ਵੀ ਪੈਨ ਦੇ ਵਿੱਚ ਇਹਨਾਂ ਨੂੰ ਕਲੀਨ ਕਰਨਾ ਆ ਜਿਹੜਾ ਇਦਾਂ ਦਾ ਭਰਤ ਦਾ ਹੁੰਦਾ ਨਾ ਇਹਦੇ ਵਿੱਚ ਨਹੀਂ ਕਲੀਨ ਕਰਨਾ ਤੁਸੀਂ ਇਹਦੇ ਚ ਇਦਾਂ ਹੁੰਦਾ ਕਿ ਸਾਰਾ ਫਿਕਾਲਾ ਹੋ ਜਾਣਾ ਜਦੋਂ ਸਰਫ ਪਾ ਕੇ ਤੁਸੀਂ ਇਹਨੂੰ ਰੰਨਣਾ ਆ ਫਿਰ ਇਹ ਨਿਖਰਦਾ ਨਹੀਂ ਛੇਦੀ ਹਨਾ ਇਸ ਕਰਕੇ ਇਹਨੂੰ ਇਦਾਂ ਸਟੀਲ ਦਾ ਕੋਈ ਵੀ ਭਾਂਡਾ ਲੈ ਲਓ ਜੱਗ ਲੈ ਲਓ ਚਾਹੇ ਫਰਾਈਵਨ ਲੈ ਲਓ ਕੁੱਕਰ ਲੈ ਲਓ ਕੁਝ ਵੀ ਲੈ ਲਓ ਹਨਾ ਸਟੀਲ ਦਾ ਹੋਣਾ ਚਾਹੀਦਾ ਹੁਣ ਆਪਾਂ ਇਹਨੂੰ ਗੈਸ ਤੇ ਰੱਖੀਏ ਜਦੋਂ ਇਹ ਸਟੀਲ ਦੇ ਭਾਂਡੇ ਚ ਕਰਨਾ ਹੈ ਨਾਲ ਤੁਹਾਡਾ ਸਟੀਲ ਵਾਲਾ ਭਾਂਡਾ ਜਿਹੜਾ ਹੈ ਉਹ ਵੀ ਕਲੀਨ ਹੋ ਜਾਣਾ ਜੇ ਉਹ ਗੰਦਾ ਹੋਇਆ ਹੋਇਆ ਨਾ ਤੇ ਨਾਲੇ ਚਾਹ ਪੋਣੀਆਂ ਕਲੀਨ ਹੋ ਜਾਣੀਆਂ ਹੁਣ ਇਹਨੇ ਥੱਲੇ ਆਪਾਂ ਲਾਵਾਂਗੇ ਗੈਸ ਨਹੀਂ ਹਜੇ ਲਾਇਆ ਹੈਗਾ ਪਾਣੀ ਮੈਂ ਪਾਉਣ ਲੱਗੀ ਆ ਮੈਂ ਕੇਟਲ ਲਾ ਲਈ ਸੀ ਪਾਣੀ ਇੰਨਾ ਕ ਪਾਉਣਾ ਆ ਕਿ ਆਪਣੀਆਂ ਚਾਹ ਪੋਣੀਆਂ ਐਨ ਵਿੱਚ ਡੁੱਬ ਜਾਣ ਵਿੱਚ ਜੇ ਨਹੀਂ ਕੇਟਲ ਹੈਗੀ ਤਾਂ ਬੇਸ਼ੱਕ ਦੀ ਮਗਰੋਂ ਵੀ ਪਾ ਸਕਦੇ ਆ ਵੀ ਪਾ ਕੇ ਪਤਿੱਲੇ ਦੇ ਵਿੱਚ ਪਾਣੀ ਇਹਨੂੰ ਗਰਮ ਕਰਕੇ ਤੇ ਚਾਹ ਪੋਣੀਆਂ ਵਿੱਚ ਰੱਖ ਦੇਣੀ ਹੈ ਨਾ ਐਦਾਂ ਡਬਰੀਆਂ ਹੋਣੀਆਂ ਚਾਹੀਦੀਆਂ ਜਿਹੜਾ ਕਪੜਾ ਹੁੰਦਾ ਜਿੰਨਾ ਆਪਾਂ ਕਿਚਨ ਕਲੀਨ ਕਰਦੇ ਆ ਸੈਲਫ ਸਲਫ ਜੇ ਉਹ ਵੀ ਤੁਹਾਡਾ ਗੰਦਾ ਹੋਇਆ ਤਾਂ ਉਹ ਵੀ ਵਿੱਚ ਇਹਦੇ ਪਾ ਸਕਦੇ ਹਨਾ ਹੁਣ ਆਪਾਂ ਇਹਦੇ ਚ ਸਰਫ ਪਾਵਾਂਗੇ 3-4 ਚਮਚੇ ਆਪਾਂ ਵੱਡੇ ਇਹਦੇ ਚ ਪਾ ਦੇਣੇ ਹਨ ਜਿਹੜੇ ਆਪਣੇ ਖਾਣ ਵਾਲਾ ਟੇਬਲस्पून ਹੁੰਦਾ ਉਹ ਆਪਾਂ ਇਹਦੇ ਚ 3 ਪਾਵਾਂਗੇ ਵੱਡੇ ਹਨ ਇਦਾਂ ਭਰ-ਭਰ ਕੇ ਪਾਉਣੇ ਆ ਇਹਦੇ ਨਾਲ ਹੀ ਇਹ ਨਿੱਖਰਨੀ ਹੈ ਹਨ ਇਹ ਥੋੜੀ ਜਿਹੀ ਫੈਰੀ ਪਾਉਣੀ ਚਾਹੁੰਦੇ ਆ ਤਾਂ ਉਹ ਵੀ ਪਾ ਸਕਦੇ ਆ ਚਮਚਾ ਕੱਪਾਂ ਚ ਫੈਰੀ ਦਾ ਪਾ ਦਿੰਦੇ ਆ ਬਾਲੀ ਤਾਂ ਲੋੜ ਨਹੀਂ ਜੇ ਡਿਸ਼ਵਾਸ਼ਰ ਹੈਗਾ ਯਾ ਤੁਹਾਡੇ ਕੋਲ ਹੈਗਾ ਡਿਸ਼ਵਾਸ਼ਰ ਤੇ ਉਹਦੇ ਵਾਲਾ ਵੀ ਤੁਸੀਂ ਇਹਦੇ ਚ ਲਿਕਵਿਡ ਜਿਹੜਾ ਆ ਉਹ ਵੀ ਪਾ ਸਕਦੇ ਹਨ ਇਹਨੂੰ ਹੁਣ ਚੰਗੀ ਤਰ੍ਹਾਂ ਰਿੰਨ ਲੈਣਾ ਆਪਾਂ ਜੇ ਪਤੀਲਾ ਵੀ ਆਪਣਾ ਦੇਖਿਆ ਚਮਕ ਜਾਣਾ ਹੈ ਹੁਣ ਇਹਨੂੰ ਗੈਸ ਜਿਹੜਾ ਹੈ ਫੁੱਲ ਤੇ ਰੱਖਣਾ ਹੈ ਸਰਫ ਜਿਹੜੀ ਚੰਗੀ ਤਰ੍ਹਾਂ ਵਿੱਚ ਹਲਾ ਦੇਣੀ ਹੈ ਦੇਖੋ ੜਜੂਗੀ ਹਨ ਫਿਰ ਇਹਨੂੰ ਉਬਾਲਾ ਦੇ ਦੇਣਾ ਚੰਗੀ ਤਰ੍ਹਾਂ ਪਾਣੀ ਜਿਹੜਾ ਹੈ ਆਪਾਂ ਆਪਣਾ origignal ਸ਼ੁਰੂ ਹੋ ਗਿਆ ਹੈ ਇਹਨੂੰ ਹੁਣ ਰਹਿਣਾ ਹੀ ਦੇਣਾ ਸਾਰਟੇ ਵੱਡਾ ਕੱਪੜਾ ਮੇਰਾ ਧੋਤਾ ਹੋਇਆ ਸੀਗਾ ਤੇ ਇਹ ਛੋਟਾ ਜਿਹਦਾ ਗੈਸ ਸਾਫ ਕਰਨ ਵਾਲਾ ਜਿਹੜਾ ਹੁੰਦਾ ਨਾ ਉਹ ਵੀ ਇਹਨੂੰ ਭਾਵੇਂ ਇਹਦੇ ਵਿੱਚੇ ਪਾ ਸਕਦੇ ਆ ਇਹ ਵੀ ਇਹਦੇ ਨਾਲ ਹੀ ਕਲੀਨ ਹੋ ਜਾਣਾ ਆਪਣੀ ਚਾਹ ਪੋਣੀ ਰਹਿ ਜਦੀਆਂ ਨੂੰ 5-7 ਮਿੰਟ ਹੋ ਗਏ ਹੈ ਆ ਦੇਖੋ ਕਿੱਦਾਂ ਸਾਰੀ ਐਨ ਹੋਣ ਲੱਗ ਪਈ ਨਾ ਫੁੱਲਾਂ ਲੱਗ ਪਈ ਐਨ ਚਾਪਤੀ ਆਪਣਾ ਕੋਈ ਵੀ ਬਰਸ਼ ਲੈ ਲੈਣਾ ਜਿਹਦੇ ਵਾਲ ਜਿਹੜੇ ਉਹ ਹਾਰਡ ਹੋਣ ਕਾਲੇ ਚਾਪਤੀ ਕਿਦਾਂ ਹੋਣ ਲੱਗ ਪਏ ਨੇ ਵਿੱਚੋਂ ਉਹ ਲੈ ਲਓ ਚਾਹੇ ਕੋਈ ਦੰਦਾਂ ਵਾਲਾ ਏਦਾਂ ਵੇਸਟ ਹੋਇਆ ਹੋਇਆ ਬਰਸ਼ ਨਾ ਆ ਦੇਖੋ ਕਿੱਦਾਂ ਲੈਂਦੀ ਹਨ ਏਦਾਂ ਇਹ ਰੱਜ ਦੇ ਦਰਾਰ ਨਾਲ ਥੋੜਾ ਥੋੜਾ ਵਿੱਚੋਂ ਵਿੱਚੋਂ ਇਹਨੂੰ ਸਾਰਾ ਏਦਾਂ ਕਲੀਨ ਕਰ ਦੇਣਾ ਐਨ ਚਾਪ ਹੋਣੀਆਂ ਆਪਣੀਆਂ ਨਵੀਆਂ ਵਰਗੀਆਂ ਬਣ ਜਾਣੀਆਂ ਚਮਕਣ ਲੱਗ ਪਈ ਨਾ ਇੱਥੋਂ ਹੀ ਇੰਨੀ ਐਨ ਨਾਈਸ ਆ ਦੇਖੋ ਬਰਸ਼ ਦੇ ਨਾਲ ਲੱਗਦੀ ਹੈ ਨਾ ਲਓ ਆਹ ਕੋ ਸਾਹਮਣੇ ਲਾ ਕੇ ਦਿਖਾਉਣੀ ਆ ਤੁਹਾਡੇ ਇਹਨਾਂ ਵੀਡੀਓ ਬਹੁਤ ਸੋਹਣੀਆਂ ਚਾਪੋਣੀਆਂ ਆਪਣੀਆਂ ਸਾਫ਼ ਹੋ ਜਾਂਦੀਆਂ ਸਿੱਟਣ ਦੀ ਨਹੀਂ ਲੋੜ ਹੈਗੀ ਇਹਨਾਂ ਨੂੰ ਉਵਾਲੋ ਉਵਾਲ ਕੇ ਇਹਨਾਂ ਨੂੰ ਦੁਬਾਰਾ ਯੂਜ਼ ਕਰੋ ਜਿੱਦਾਂ ਮਰਜੀ ਇਹਨੂੰ 10 ਮਿੰਟ ਐ ਚੰਗੀ ਤਰ੍ਹਾਂ ਰੈਨ ਲੈਣਾ ਫਿਰ ਇਹਨਾਂ ਨੂੰ ਲਾ ਕੇ ਥੋੜਾ ਜਿਹਾ ਠੰਡਾ ਹੋਣ ਨੂੰ ਦੇਣਾ ਹਨਾ ਹੁਣ ਮੈਂ ਗੈਸ ਇਹਦਾ ਕਰ ਦੇਣਾ ਬੰਦ ਇਹਨੂੰ 10 ਮਿੰਟ ਹੋ ਗਏ ਐ ਨਾ ਰਜਦੀ ਨੂੰ ਤੇ ਥੋੜਾ ਜਿਹਾ ਠੰਡਾ ਹੋ ਜਵੇ ਫਿਰ ਸਾਨੂੰ ਸਾਫ਼ ਕਰਕੇ ਦਿਖਾਉਣੀ ਹੈ ਹੁਣ ਆਪਾਂ ਸ਼ਿੰਕ ਚ ਰੱਖ ਲਈ ਇਹ ਪਾਣੀ ਕਾਫੀ ਹੁਣ ਜਿੱਦਾਂ ਠੰਡਾ ਹੋ ਗਿਆ ਹੁਣ ਮੈਂ ਇਹਦਾ ਹਾੜ ਵਾਲਾ ਮਿਰਕਾ ਕਿਚਨ ਵਾਲਾ ਬੁਰਸ਼ੀੜਾ ਹੰਦੋਲੇ ਆਇਆ ਇਹ ਨਾਲ ਇਹਨੂੰ ਐਨ ਇਨਾਂ ਭੇਂ ਭੇਂ ਕੇ ਦੇ ਨਾਲ ਫਿਰ ਇਹਨੂੰ ਸਾਫ ਕਰਨਾ ਚਾਹ ਮੈਂ ਬਣਾ ਲਈ ਤੇ ਚਾਹ ਪੋਣੀਆ ਧੋਤੀਆਂ ਨਹੀਂ ਸੀ ਜੇ ਦੇਖੀਆਂ ਤੇ ਮੈਂ ਕਿ ਪਹਿਲੇ ਚਾਹ ਪੋਣੀ ਦਾ ਧੋਵਾਂ ਕੋਸੇ ਕੋਸੇ ਪਾਣੀ ਦੇ ਨਾਲ ਇਹਨੂੰ ਨਾਲ ਨਾਲ ਧੋ ਦੇਣੀ ਆ ਜੇ ਠੰਡਾ ਹੋ ਗਿਆ ਦੁਬਾਰਾ ਫੇਰ ਗਰਮ ਕਰ ਲੋ ਹੁਣ ਥੋੜਾ ਜਿਹਾ ਹਾਰਡ ਕਰਨਾ ਪੈਣਾ ਜਿਹੜੀ ਬਰੀਕ-ਬਰੀਕ ਹੁੰਦੀ ਉਹ ਫੇਪ ਵਿੱਚ ਐਨ ਗਈ ਹੋਈ ਹੈ ਨਾ ਜਾਲੀ ਦੇ ਦੇਖੇ ਤੁਸੀਂ ਐਨ ਤੁਸੀਂ ਖਣਾ ਇਹ ਤਾਂ ਜਾਲੀਆਂ ਨਵੀਆਂ ਲਿਆਂਦੀਆਂ ਲੱਗਦੀਆਂ ਚਾਹ ਪੋਣੀਆ ਆ ਦੇਖੋ ਇੱਕ ਤਾਂ ਪੌਣੀ ਆਪਾਂ ਸਾਰੀ ਇਹ ਕਰ ਲਈ ਐ ਇਨਸਾਫ ਲੁੱਕ ਲੱਗਦੀ ਐ ਉਹ ਹੀ ਸੀਗੀ ਜਿਹੜੀ ਤੁਹਾਨੂੰ ਦਿਖਾਈ ਐ ਹਨਾ ਹੁਣ ਆਪਾਂ ਦੂਸਰੀ ਜਿਹੜੀ ਐ ਇਹਨੂੰ ਵੀ ਇਦਾਂ ਕਰਾਂਗੇ ਦੇਖੋ ਕਿਦਾਂ ਚੱਪਤੀ ਸਾਰੀ ਐ ਇਹਨੂੰ ਗੁਲੀ ਪੈਹਨ ਵਿੱਚ ਬਰਸ਼ ਦੇ ਨਾਲ ਇਹਦਾ ਲਾ ਲਾ ਕੇ ਮਾਈ ਸਿਰ ਵਿੱਚ ਇਦਾਂ ਕਰ ਦੇਣਾ ਹਨਾ ਡਬੋੜ-ਡਬੋ ਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਇਦਾਂ ਕੁੱਟ-ਕੁੱਟ ਕੇ ਵਿੱਚੋਂ ਕੱਢ ਦੇਣਾ ਲੁੱਕ ਹੁਣ ਆਪਾਂ ਸਾਰੀ ਇਹਨ ਸਵਾ ਸਾਫ਼ ਕਰਕੇ ਧੋ ਲਈ ਐ ਹੁਣ ਆਪਾਂ ਛੱਡਣਾ ਪਾਣੀ ਕੋਸਾ ਜਿਹਾ ਪਾਣੀ ਛੱਡ ਕੇ ਇਹਦੀ ਸਾਰੀ ਸਰਫ ਆਪਾਂ ਕੱਢ ਦੇਣੀ ਵਿੱਚੋਂ ਆ ਦੇਖੇ ਪਹਿਲਾਂ ਤੁਹਾਨੂੰ ਦਿਖਾਵਾਂ ਇਹਦੇ ਵਿੱਚ ਪਣ ਕੀ ਚਾਹ ਪਤੀ ਕਿੰਨੀ ਨਿਕਲੀ ਆਪਣੇ ਵਿੱਚੋਂ ਵੇਸਟ ਹੁਣ ਕੇ ਤੁਹਾਨੂੰ ਦਿਖਾਉਣੀ ਆ ਦੇਖੋ ਥੱਲੇ ਕਿੰਨੀ ਆਈ ਪਈ ਲੋਕ ਆ ਦੇ ਕਿੰਨੀ ਨਿਕਲੀ ਵਿੱਚ ਇਹਨੂੰ ਚੰਗੀ ਤਰ੍ਹਾਂ ਹੁਣ ਆ ਪਤੀਲਾ ਵੀ ਆਪਣਾ ਐਨ ਸਾਫ ਹੋ ਗਿਆ ਲੋਕ ਇਹ ਸਟੀਲ ਦੇ ਪਤੀਲੇ ਚ ਹੀ ਸਾਫ ਹੋਣੀ ਆ ਜੇ ਦੂਸਰੇ ਚ ਪਾਵਾਂਗੇ ਤਾਂ ਉਹ ਪਤੀਲਾ ਖਰਾਬ ਹੋ ਜਾਣਾ ਹਨਾ ਜਿਹੜਾ ਕਪੜਾ ਆ ਇਹਨੂੰ ਵੀ ਇਦਾਂ ਹੀ ਹਨਾ ਮਾਰ ਮਾਰ ਕੇ ਬਰਸ਼ ਇਹ ਵੀ ਐਨ ਕਲੀਨ ਹੋ ਜਾਣਾ ਲਿਖੀ ਜਾਓ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਹਨਾ ਹੋਣੇ ਦੀ ਸਰਫ ਜੀ ਦੀ ਕਰਕੇ ਡੁੱਬੀਆਂ ਰਹੀਆਂ ਨੇ ਵਿੱਚ ਇਹਨੂੰ ਹੁਣ ਚੰਗੀ ਤਰ੍ਹਾਂ ਧੋ ਕੇ ਤਾਂ ਫੇਰ ਯੂਜ਼ ਕਰਨੀ ਹੈ ਨਾ ਆ ਲਓ ਜੀ ਆਪਣੀਆਂ ਚਾਹ ਪੋਣੀਆਂ ਐਨ ਹੋ ਗਈਆਂ ਆ ਕਲੀਨ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦਾ ਕਪੜਾ ਵੀ ਐਨ ਕਲੀਨ ਹੋ ਗਿਆ ਇਸ ਤਰ੍ਹਾਂ ਤੁਸੀਂ ਵੀ ਕਰੋ ਚਾਹ ਪੋਣੀਆਂ ਸਿੱਟਣੀਆਂ ਨਹੀਂਆਂ ਇਹਨਾਂ ਨੂੰ ਧੋਵੋ ਧੋ ਕੇ ਕਲੀਨ ਕਰ ਲਓ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦਾ ਥੈਂਕ ਯੂ